ਦੇਖੋ ਜੀ ਚੋਰ ਪੈ ਗਏ ਅਖਰੋਟਾਂ ਨੂੰ, ਅਖਰੋਟ ਹੈ। ਮਾਰਾ ਕੋਈ ਸਿਟੀ ਸੁਟੀ ਕਰ ਸਾਈਡ 'ਚ ਨਾ ਜੀ। ਹਾਂ ਇੱਦਾਂ ਲੱਕੜੀ ਦਾ ਰੂਮ ਆ ਪੂਰਾ ਹੈ। ਦਿਆਨ ਦਿਆਨ ਲਓ ਜੀ, ਡਿਨਰ ਡੁਨਰ ਕਰਕੇ ਸਾਡੇ ਬੰਦੇ ਫੁੱਲ ਇੰਜੋਏ ਕਰ ਰਹੇ ਆ ਰੂਮ 'ਚ। ਰੈਡ ਰੈਡ ਪੂਰਾ ਸਟ੍ਰੋਬਰੀ ਦੀ ਤਰ੍ਹਾਂ, ਇੱਥੋਂ ਦੇ ਲੋਕਲ ਖਾ ਰਹੇ ਸੀ ਲੋਕ। ਲਓ ਜੀ ਅੱਗ ਬਲ ਗਈ ਹੈ। ਹਾਂਜੀ ਕੀ ਹੋ, ਹੱਥ ਦੇਖੋ ਕਿੱਥੇ ਗਰਮ ਹੋਏਗਾ ਦੇਣਾ ਜੀ। ਦੇਖੋ ਰੋਡ, ਰੋਡ ਦੇ ਦੋਨੋਂ ਸਾਈਡ ਬਰਫ਼ ਮੀ, ਬਰਫ਼ ਦਾ ਡੂੰਘਾ ਨਹੀਂ ਦਿੰਦਾ ਇੱਥੇ ਦੇਖੋ। ਵੀਰੋ ਸਨੋਫਾਲ ਹੋ ਰਹੀ ਹੈ, ਸਨੋਫਾਲ ਸਨੋਫਾਲ ਇੰਜੋਏ ਕਰ ਰਹੇ ਬੰਦੇ ਸਾਰੇ। ਹੈਲੋ ਜੀ, ਵੈਲਕਮ ਬੈਕ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਨਈ ਵੀਡੀਓ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਤੇ ਆਪਾਂ ਵੀ ਬਹੁਤ ਵਧੀਆ। ਅਤੇ ਫਾਈਨਲੀ ਬਹੁਤ ਦਿਨਾਂ ਬਾਅਦ ਬਲੌਗ, ਅਤੇ ਬਲੌਗ ਦੇ ਵਿੱਚ ਬੇਬੀ ਔਰ ਸ਼ਿਵਾਨੀ ਨਹੀਂ ਹੈਗੇ ਕਿਉਂਕਿ ਮੈਂ ਜਾਇਆ ਕਰਨਾ ਇੱਕ ਟ੍ਰਿਪ 'ਤੇ, ਬਾਈਕ ਰਾਈਡ 'ਤੇ, ਛੋਟੀ ਜਿਹੀ ਤਾਂ ਨਹੀਂ, 250 ਕਿਲੋਮੀਟਰ ਦੀ ਬਾਈਕ ਰਾਈਡ ਹੈ। ਅਤੇ ਆਪਾਂ ਚੱਲੇ ਹਾਂ ਜੀ ਪਹਾੜਾਂ 'ਚ ਸੱਚ ਪਾਸ। ਅਤੇ ਫਿਲਹਾਲ ਮੋਰਨਿੰਗ 'ਚ ਬਲੌਗ ਸਟਾਰਟ ਨਹੀਂ ਕੀਤਾ ਸੀ, ਅਤੇ ਆਪਾਂ ਆ ਗਏ ਹਾਂ ਘਰ ਤੋਂ 30-35 ਕਿਲੋਮੀਟਰ ਅੱਗੇ, ਅਤੇ ਫਿਲਹਾਲ ਮੈਂ ਬਲੌਗ ਸਟਾਰਟ ਕੀਤਾ। ਅਤੇ ਸਾਡੇ ਸਾਰਿਆਂ ਦਾ ਫਸਟ ਟਾਈਮ ਐਕਸਪੀਰੀਅੰਸ ਹੈ ਸੱਚ ਪਾਸ ਦਾ, ਅਤੇ ਬਣੇ ਰਹੀਓ ਬਲੌਗ ਦੇ ਨਾਲ, ਬਲੌਗ ਕਾਫੀ ਇੰਟਰਸਟਿੰਗ ਹੋਏਗਾ। ਆਈ ਥਿੰਕ ਬੂਜੀ ਦਾ ਮੁੰਡਾ ਗਿਆ ਇੱਕ ਵਾਰ ਪਹਿਲੇ, ਬਾਕੀ ਸਾਰਿਆਂ ਦਾ ਫਸਟ ਟਾਈਮ ਹੈ, ਅਤੇ ਬਣੇ ਰਹੀਓ ਬਲੌਗ ਦੇ ਨਾਲ, ਕਾਫੀ ਇੰਟਰਸਟਿੰਗ ਹੋਏਗਾ। ਅਤੇ ਆਪਾਂ ਵੀ ਘੁੰਮਦਿਆਂ ਨਾਲ ਤੁਹਾਨੂੰ ਵੀ ਘੁੰਮਾਉਂਦੇ ਹਾਂ। ਲਓ ਜੀ ਇੱਥੇ ਖੜੋਤੇ ਆ ਸਾਰੇ, ਅਤੇ ਇੱਥੋਂ ਚੱਲਦੇ ਹਾਂ। ਲਓ ਜੀ ਆਪਾਂ ਪਹੁੰਚੇ ਜੀ ਚੱਬੇ ਤੋਂ 20-25 ਕਿਲੋਮੀਟਰ ਪਿੱਛੇ, ਅਤੇ ਰੁਕੇ ਹਾਂ ਥੋੜ੍ਹਾ ਜਿਹਾ ਰੈਸਟ ਲਈ ਆ, ਅਤੇ ਨਾਲ ਵਿਊ ਇੰਜੋਏ ਕਰੇ ਕਰਦੇ ਹਾਂ ਚਮੇਰਾ ਡੈਮ ਦਾ। ਸਾਹਮਣੇ ਚਮੇਰਾ ਡੈਮ ਆ, ਥੱਲੇ ਬੋਟਿੰਗ ਵਗੈਰਾ ਹੋਏ ਕਰਦੀ ਹੈ ਇੱਥੇ। ਦੇਖ ਲੈ ਜੱਟੇ ਲੋਕਾਂ ਦੇ ਘਰ ਦੇ ਕਿਹੜੀ ਕਿਹੜੀ ਦੂਰ ਹੈ। ਦੇਖ ਉੱਪਰ ਜੇ ਇਹਨਾਂ ਨੇ ਮਾਰਕੀਟ ਵੀ ਆਉਣਾ ਹੋਵੇ ਸਮਾਨ ਲੈਣ, ਤਾਂ ਫਿਰ ਪਹਿਲੇ ਅੱਧਾ ਘੰਟਾ ਸੋਚਦੇ ਹੋਣੇ ਕਿ ਜਾਈਏ ਜਾਂ ਨਹੀਂ। ਜੇ ਸਾਲ ਬਾਅਦ ਜਾਂਦੇ ਹੋਣੇ ਲੈਣ ਇਕੱਠਾ ਹੀ ਸਮਾਨ। ਥੱਲੋਂ ਆਵਾਜ਼ ਆਇਆ ਕਰਦੀ ਹੈ ਨਹੀਂ ਉੱਪਰ, ਥੱਲੋਂ ਥੱਲੇ ਕੋਈ ਗੱਲਾਂ ਕਰੇ ਕਰਦਾ ਆਵਾਜ਼ ਉੱਪਰ ਆਇਆ ਕਰਦੀ ਹੈ। ਚਲੋ ਬਾਕੀ ਦੇਖਦੇ ਹਾਂ ਜੇ ਸੱਚ ਪਾਸ ਅੱਜ। ਵੈਸੇ ਸੱਚ ਪਾਸ ਤੋਂ ਅਸੀਂ 30-40 ਕਿਲੋਮੀਟਰ ਪਿੱਛੇ ਰੁਕਣਾ, ਹੋਮ ਸਟੇ ਵਗੈਰਾ ਲਵਾਂਗੇ ਅਤੇ ਸਟੇ ਕਰਨਾ, ਅਤੇ ਸੱਚ ਪਾਸ ਕੱਲ੍ਹ ਘੁੰਮਾਂਗੇ ਬਰਫ਼ ਦੇ ਵਿੱਚ ਕੱਲ੍ਹ ਜਾਵਾਂਗੇ। ਅਤੇ ਮੈਨੂੰ ਲੱਗਦਾ ਕੱਲ੍ਹ ਜਿੱਦਾਂ ਸਾਡੇ ਪੰਜਾਬ 'ਚ ਬਾਰਿਸ਼ ਹੋਈ ਹੈ ਨਾ, ਇੱਥੇ ਉਹ ਵੀ ਨਹੀਂ ਹੋਈ, ਗਰਮੀ ਬੜੀ ਇੱਥੇ, ਥੋੜ੍ਹੀ ਬਹੁਤੀ ਇੱਧਰ ਗਰਮੀ ਹੈ, ਪਿੱਛੇ ਤੋਂ ਲਓ ਜੀ ਕਾਫੀ ਠੰਡ ਸੀ। ਥੱਲੇ ਬੋਟਿੰਗ ਵਗੈਰਾ ਹੋਈ ਕਰਦੀ ਆ, ਬਟ ਟੂਰਿਸਟ ਘੱਟ ਹੀ ਆਉਂਦੇ ਆ ਇੱਧਰ, ਉਹ ਹੋਏ ਕਰਦੀ ਆ ਥੱਲੇ। ਲਓ ਜੀ ਥੋੜ੍ਹਾ ਜਿਹਾ ਚੱਲਿਆ, ਫਿਰ ਰੁਕ ਗਿਆ ਪਹਾੜ ਦਾ ਫਰੈਸ਼ ਵਾਟਰ, ਪਾਣੀ ਪੀ ਲਈਏ। ਚਿਲਡ ਵਾਟਰ ਹੈ, ਬਿਲਕੁਲ ਚਿਲਡ, ਫਰਿੱਜ ਦਾ ਪਾਣੀ ਵੀ ਕੁਛ ਵੀ ਨਹੀਂ ਹੈ।
ਲਓ ਜੀ ਮੌਸਮ ਵੀ ਚੇਂਜ ਹੋ ਗਿਆ, ਥੱਲੇ ਖਾਈ ਦੇਖੋ ਤੇ ਰੋਡ ਇਹ ਖਾਈ ਕੱਢੋ ਜੈਕਟ ਜੁਕਟ ਆਪਣੀ ਆ, ਜੈਕਟ ਕਿਉਂ ਨਹੀਂ ਪਾਉਂਦੇ ਤੁਸੀਂ? ਜਾਮ ਵਿੱਚ ਫਸਦੇ ਹੋਏ ਅੱਗੇ ਰਸਤਾ ਬਣਦਾ ਮਾਰਾ, ਕੋਈ ਸਿਟੀ ਸੁਟੀ ਕਰ ਸਾਈਡ 'ਚ ਨਹੀਂ। ਹਾਂ ਇੱਦਾਂ ਬਾਏ ਬਾਏ। ਹੈਲੋ ਹੈਲੋ ਹੈਲੋ, ਗਏ ਸਕੂਲ ਆ ਵੀ ਹੋਈ ਛੁੱਟੀ, ਉੱਥੇ ਰਹਿਣਾ ਕਿਉਂ ਆ ਗਏ? ਬਾਏ। ਦੇਖੋ ਜੀ ਚੋਰ ਪੈ ਗਏ ਅਖਰੋਟਾਂ ਨੂੰ, ਅਖਰੋਟ ਆਏ, ਕੀ ਬੋਲਦੇ ਇਹਨਾਂ ਨੂੰ, ਵਾਲਨਟ ਪਤਾ ਨਹੀਂ ਯਾਰ ਕੀ ਬੋਲਦੇ, ਇੱਦਾਂ ਹੀ ਬੋਲਦੇ ਕੁਛ। ਦੇਖਦੇ ਆ ਕੱਚੇ ਆ ਜੇ, ਦੇਖਦੇ ਆ ਤੋੜ ਕੇ, ਬਸ ਬਸ ਕੱਚੇ ਹੋਣੇ ਆ ਇਹ। ਵੈਸੇ ਅਸੀਂ ਐਕਸਪੀਰੀਅੰਸ ਕਰਨਾ ਕੀ ਹੁੰਦੇ ਕਿਸੇ ਪਿੰਡ ਜਾਈ ਵੇਚ ਕੇ ਕੱਚੇ ਅਖਰੋਟ, ਚਲੋ ਜੀ ਕੱਚੇ ਅਖਰੋਟ ਪਿੰਡ ਜਾ ਕੇ ਵੇਚਾਂਗੇ ਆਪਾਂ। ਚਲੋ ਚਲੋ ਇਹ ਤਾਂ ਗਾਲਾਂ ਗਾ, ਲੋਕੀ ਮਾਰ ਲਵਾਂਗੇ ਹੋਰ, ਪਤਾ ਕਿੰਨੀ ਮਹਿੰਗੀ ਚੀਜ਼ ਹੁੰਦੀ। ਬਾਕੀ ਇੱਕ ਨੰਬਰ ਮੌਸਮ ਹੋ ਗਿਆ, ਠੰਡ ਹੋ ਗਈ ਹਲਕੀ ਹਲਕੀ, ਤੋੜਨਾ ਇਹ ਟਾਇਰ ਥੱਲੇ ਦੇ ਗਏ ਚਲਿਆ। ਕੁਛ ਨਹੀਂ ਆ ਲੋਕਲ ਗਿਆ ਇੱਥੋਂ ਦਾ, ਕਹਿ ਰਿਹਾ ਕੱਚੇ ਆ, ਇਸਮੇ ਕੁਛ ਨਹੀਂ, ਉਹ ਤਾਂ ਸਾਨੂੰ ਵੀ ਪਤਾ ਕੱਚੇ ਆ, ਬਟ ਅਸੀਂ ਇੱਦਾਂ ਹੀ ਦੇਖਣਾ ਚਾਹੁੰਦੇ ਕਿ ਆ ਕਿੱਦਾਂ ਦਾ। ਬਾਕੀ ਓਵਰਆਲ ਵਧੀਆ ਐਕਸਪੀਰੀਅੰਸ ਆ, ਮੌਸਮ ਵੀ ਕਾਫੀ ਵਧੀਆ, ਠੰਡ ਆ ਹਲਕੀ ਹਲਕੀ, ਤੇ ਇੱਥੋਂ ਦੀ ਰਹਿ ਗਿਆ ਹੁਣ 20-25 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਹੋਮ ਸਟੇ ਬੁੱਕ ਕਰਵਾਇਆ, ਅਤੇ ਬਾਕੀ ਸੱਚ ਪਾਤਸ਼ਾਹ ਆਪਾਂ ਜਾਵਾਂਗੇ ਕੱਲ੍ਹ, ਅਤੇ ਹੋ ਸਕਿਆ ਮੈਂ ਉਹਦਾ ਅਲੱਗ ਬਲੌਗ ਬਣਾਵਾਂਗਾ, ਨਹੀਂ ਤਾਂ ਇਸੀ ਬਲੌਗ ਦੇ ਵਿੱਚ ਇਨਕਲੂਡ ਕਰ ਦਾਂਗਾ। ਅਤੇ ਸੋ ਫਾਈਨਲੀ ਆਪਾਂ ਪਹੁੰਚ ਗਏ ਹਾਂ, ਅਤੇ ਬਾਲ ਬੋਲ ਹੈਲਮਟ ਨੇ ਸਾਰੇ ਖਰਾਬ ਕਰਤੇ ਆ। ਇਹ ਆਪਣਾ ਰੂਮ ਹੈ, ਸਾਰਿਆਂ ਨੇ ਆਪਾਂ ਇੱਥੇ ਰਹਿਣਾ, ਅਤੇ ਇਹ ਸਾਹਮਣੇ ਵਿਊ ਕੁਛ ਇਸ ਤਰ੍ਹਾਂ, ਇੱਕ ਨੰਬਰ ਅੱਧੇ ਬੰਦੇ ਸਾਡੇ ਥੱਲੇ ਆ। ਯੈਸ ਭਈਆ ਦੇਖ ਲੈ, ਲੱਕੜੀ ਦੇ, ਲੱਕੜੀ ਦਾ ਰੂਮ ਆ ਪੂਰਾ, ਹੈ ਦਿਆਰ ਦਿਆਰ ਦੀ ਲੱਕੜ। ਇਹ ਆ ਪੂਰਾ ਆਈਟਮ,
ਕੀ ਨਾਮ ਇਹਦਾ? ਲੋ ਜੀ ਡਿਨਰ ਡੁਨਰ ਕਰਕੇ ਸਾਡੇ ਬੰਦੇ ਫੁੱਲ ਇੰਜੋਏ ਕਰ ਰਹੇ ਆ ਰੂਮ 'ਚ। ਸੋਨੂੰ ਸ਼ਿੱਤੋ ਵਾਲਾ ਲਾ ਤਾ ਬੰਦਿਆਂ ਨੇ। ਸੋਨੂੰ ਯਾਰ ਤੈਨੂੰ ਦੇਖਣ ਵਾਲੇ ਬਹੁਤ, ਦੇਖੋ ਕਿੰਨਾ ਪਿਆਰ ਕਰਦੇ ਆ ਨਾ। ਕੰਬਣਾ ਨਹੀਂ ਹੈ, ਕੋਈ ਚੱਕਰ ਨਹੀਂ ਹੈ, ਜਿਮ ਜੁਮ ਜਾ ਕੇ ਕੋਈ ਚੱਕਰ ਨਹੀਂ ਹੈ। ਸੋਨੂੰ ਲਈ ਯਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾ ਸੀਤੋ ਵਾਲਾ। ਗਾਣਾ 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 ਉਹੀ ਇੱਕ ਲੈਣ ਤੀਹ ਵਾਰੀ ਕਹਿਣੀ ਹੈ। ਹੈਲੋ ਜੀ, ਗੁੱਡ ਮੋਰਨਿੰਗ। ਅਤੇ ਮੋਰਨਿੰਗ ਦੇ ਬੱਜ ਰਹੇ ਆ 6:30 ਅਤੇ ਸਾਰੇ ਬੰਦੇ ਆਪਣੇ ਉੱਠੇ ਆ। ਅਤੇ ਬਾਕੀ ਪਿਛਲੇ ਵਲੋਗ ਨੂੰ ਉੱਥੇ ਹੀ ਕੰਟੀਨਿਊ ਕਰਾਂਗੇ ਅਤੇ ਇੱਕ ਵਲੋਗ ਬਣੇਗਾ। ਅਤੇ ਸਾਹਮਣੇ ਵਿਊ ਕੁਛ ਇੱਦਾਂ ਦਾ, ਬੱਸਾਂ ਵੀ ਚੱਲਣ ਲੱਗ ਪਈਆਂ ਸੁਬਹਾ ਸੁਬਹਾ। ਆਪਾਂ ਜਾਣਾ ਉਹ ਬਰਫ਼ ਵਾਲੇ ਪਹਾੜ 'ਤੇ, ਇੱਥੋਂ ਹੈਗਾ 25 ਕਿਲੋਮੀਟਰ। ਠੰਡ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ। ਬੰਦੇ ਨੇ ਦੇਖੋ ਜੈਕਟ ਪਾਈ ਦੀ ਹੈ, ਹਾਲਾਂਕਿ ਸਾਡੇ ਬੰਦਿਆਂ ਨੂੰ ਠੰਡ ਇੰਨੀ ਨਹੀਂ ਲੱਗੀ ਕਰਦੀ। ਲਓ ਜੀ, ਜਾਣ ਦੀ ਤਿਆਰੀ ਕੀਤੀ ਨਹੀਂ ਅਤੇ ਬਾਰਿਸ਼ ਵੀ ਆ ਗਈ ਹੈ। ਧੁੰਦ ਹੀ ਧੁੰਦ ਪਾਈ ਪਹਾੜਾਂ 'ਤੇ, ਠੰਡ ਵੱਧ ਗਈ ਹੈ। ਕੰਬਲ ਲੈ ਕੇ ਸੋਜੋ ਅੰਦਰ ਹੀ ਜਾਏਗੀ। ਬਰਫ਼ਬਾਰੀ ਵੀ ਹੋ ਸਕਦੀ ਹੈ। ਸਾਹਮਣੇ ਤਾਂ ਜਾਣਾ, ਸਾਹਮਣੇ ਧੁੰਦ ਪੈ ਗਈ ਪੂਰੀ। ਉਹ ਦੇਖੋ ਉੱਪਰ ਪਹਾੜਾਂ 'ਤੇ ਪੈ ਗਈ ਧੁੰਦ। ਵਿਜੀਬਿਲਟੀ ਘੱਟ ਗਈ ਹੁਣ, ਘਰ ਵੀ ਲੁੱਭਣਾ ਬੰਦ ਹੋ ਰਿਹਾ ਹੌਲੀ ਹੌਲੀ। ਅਤੇ ਬਾਰਿਸ਼ ਨੇ ਆਪਣਾ ਰੁੱਖ ਜਿਹੜਾ ਉਹ ਤੇਜ਼ ਕਰ ਲਿਆ। ਚਲੋ ਅੰਦਰ ਚੱਲੀਏ ਯਾਰ, ਰੂਮ 'ਚ ਨਿਕਲ ਗਏ ਸੀ ਅਤੇ ਹੁਣ ਜਾਏ ਕਹਿੰਦੇ ਆਪਾਂ ਸੱਚ ਪਾਸ। ਅਤੇ ਇੱਥੇ ਰਸਤੇ 'ਚ ਰੁਕੇ ਸੀ, ਠੰਡ ਬਹੁਤ ਹੈ। ਵੈਸੇ ਠੰਡ ਦਾ ਮਜ਼ਾ ਲੈਣੀ ਆਇਆ ਸੀ, ਅਤੇ ਜਿੱਦਾਂ ਜਿੱਦਾਂ ਹਾਈਟ 'ਤੇ ਜਾਂਦੇ ਜਾਵਾਂਗੇ ਉੱਦਾਂ ਉੱਦਾਂ ਹਾਈ ਜਿਹੜੀ ਹੈ ਠੰਡ ਆ ਉਹ ਵੱਧਦੀ ਜਾਵੇਗੀ। ਅਤੇ ਬਾਕੀ ਇੱਧਰ ਫਿਲਹਾਲ ਮੌਸਮ ਇੱਕ ਨੰਬਰ ਹੋ ਜਾਂਦਾ, ਹਲਕੀ ਹਲਕੀ ਬਾਰਿਸ਼ ਵੀ ਲੱਗੀ ਦੀ ਹੈ। ਬਾਕੀ ਬੰਦੇ ਸਾਡੇ ਅੱਗੇ ਚੱਲ ਗਏ। ਚਲੋ ਯਾਰ, ਪਹਾੜੀ ਸਟ੍ਰੋਬਰੀ ਹੈ, ਫਰੂਟ ਹੈ ਇੱਥੋਂ ਦਾ, ਰੈੱਡ ਰੈੱਡ ਪੂਰਾ ਸਟ੍ਰੋਬਰੀ ਦੀ ਤਰ੍ਹਾਂ। ਇੱਥੋਂ ਦੇ ਲੋਕਲ ਖਾ ਰਹੇ ਸੀ ਲੋਕ। ਉੱਧਰ ਵੀ ਕਾਫੀ ਉੱਪਰ ਵੀ ਹੈ, ਉੱਪਰ ਕਾਫੀ ਮੋਟੀ ਮੋਟੀਆਂ ਲੱਗੇ ਦੀਆਂ। ਥੋੜ੍ਹੇ ਦੋ ਤਿੰਨ ਖੱਟੀ ਹੈ ਮਿੱਠੀ ਦੇਖਿਆ। ਖੱਟੀ ਖੱਟੀ ਪੂਰੀ ਉਹਦਾ ਲੱਖ ਸਵਾਦ ਹੈ। ਸਟੋਰੀ ਹੈ।
12 ਕਿਲੋਮੀਟਰ ਆ ਗਿਆ ਬਟ ਟੋਟਲੀ ਆਫ ਰੋਡ, ਸਾਰਾ ਹੀ ਆਫ ਰੋਡ ਹੈ। ਲੋ ਜੀ ਬਰਫ਼ ਦੇਖਣਾ ਸਟਾਰਟ ਹੋ ਗਈ ਹੈ। ਜੱਟੇ ਮੁੜ ਘਰੇ ਨੇ ਜਿਹੜੇ ਲਾਬਰ ਮੋਟਰਸਾਈਕਲ ਖਿੱਚ ਰੱਖੀ ਹੈ। ਰੋਡ ਪੂਰਾ ਆਫ ਰੋਡ ਨਹੀਂ, ਗਰਮੀ ਹੀ ਸੋਚਿਆ ਠੰਡੇ ਇਲਾਕੇ 'ਚ ਚੱਲੇ ਹਾਂ, ਜਿਹੜੇ ਠੰਡੇ ਇਲਾਕੇ 'ਚ ਪੁੱਜੇ ਆ ਸੋਚ ਰਿਹਾ ਇੱਥੇ ਕੁਛ ਗਰਮ ਹੋ ਜਾਵੇ, ਅੱਗ ਉੱਗ ਬਲ ਜਾਵੇ, ਬਸ ਇੰਨੀ ਜ਼ਿਆਦਾ ਠੰਡ ਆ, ਹੱਥ ਪੈਰ ਬਿਲਕੁਲ ਸੁੰਨ ਹੋ ਗਏ ਬਿਲਕੁਲ। ਬਾਰਿਸ਼ ਨਹੀਂ ਨਾ ਆਉਂਦੀ, ਬਾਰਿਸ਼ ਨੇ ਸਾਰਾ ਮਜ਼ਾ ਖਰਾਬ ਕਰਤਾ, ਹਲਕੀ ਹਲਕੀ ਲੱਗੀ ਦੀ ਆ ਬਟ ਗਿੱਲੇ ਕਰਤਾ ਸਾਨੂੰ, ਬਾਰਿਸ਼ ਨਹੀਂ ਆਉਂਦੀ ਫਿਰ ਮਜ਼ਾ ਹੀ ਪੂਰਾ। ਲੱਕੜੀ ਇਕੱਠੀ ਕਰਨੀ ਆ, ਗਵਾਲਣ ਦੀ ਤਿਆਰੀ ਆ ਪੂਰੀ, ਠੰਡ ਇੰਨੀ ਆ ਹੱਥ ਪੈਰ ਸੁੱਟ ਗਏ ਸਾਡੇ ਸਾਰੇ ਬੰਦਿਆਂ ਦੇ, ਉਹ ਜਾਣਾ ਕਹਿੰਦਾ ਸਾਨੂੰ ਉੱਥੇ ਟਬਰੀ ਲੱਗੇ ਮਾਚਿਸ ਲੈਣ, ਜੇ ਮਿਲੇਗੀ ਤਾਂ ਮਾਚਿਸ ਲੈਣ ਜਾਏਗਾ ਕੌਣ, ਤੁਸੀਂ ਜਾਏਗਾ ਪੰਗਾ ਤੇ ਸਾਰਾ, ਜਾਓ ਇਹ ਜਾਓ ਇੱਕ ਮੋੜ ਆ ਸਾਰਾ ਜਾਓ ਜਾਓ, ਇੱਥੇ ਵੀ ਹੈ। ਮੈਂ ਨਿਕਲਿਆ ਲੱਕੜੀਆਂ ਲੈਣ ਬਟ ਲੱਕੜੀਆਂ ਨਹੀਂ ਮਿਲਦੀਆਂ, ਹੁਣ ਥੋੜ੍ਹੀਆਂ ਵਧੀਆ ਇਕੱਠੀਆਂ ਕੀਤੀਆਂ, ਸਾਡੇ ਵੀਰ ਹੋਣੇ ਅੱਗ ਬਾਲਦੇ ਹੋਏ ਥੱਲੇ ਨਾ ਇੱਕ ਨਾ ਉਹ ਹੀ ਹੱਟ ਜੀ ਬਲ ਗਈ ਅੱਗ ਵਜੀ, ਪਾਣੀ ਨਾ ਅੱਗ ਪਹਾੜਾਂ ਦੇ ਵਿੱਚ ਤੁਹਾਨੂੰ ਅੱਗ ਸਵਾਲੀ ਹੋਣੀ, ਉਹ ਵੀ ਬਾਰਿਸ਼ ਦੇ ਵਿੱਚ ਅਭੀ ਇਹ ਨਹੀਂ ਲਾਇਆ ਨਾ, ਦੋ ਮਿੰਟ ਬਲ ਗਈ ਅੱਗ ਵਜੀ, ਲੋ ਜੀ ਅੱਗ ਬਲ ਗਈ ਹੈ। ਹਾਂਜੀ ਕੀ ਹਾਲ ਚਾਲ ਜੀ ਦੋਸਤੋ, ਹਾਂਜੀ ਭਾਰਤੀ ਅੱਗ ਪਾਣੀ ਨਾ ਪਹਾੜਾਂ ਦੇ ਵਿੱਚ ਅੱਗ, ਬਾਰਿਸ਼ ਬਰਫ਼ ਝਰਨੇ ਸਭ ਕੁਛ ਆ ਸਾਡੇ ਕੋਲ ਵੀਰ ਭਰਾ ਸਾਰੇ, ਇੱਕ ਬਸ ਬਾਰਿਸ਼ ਰੁਕ ਜੇ ਬਾਕੀ ਸਭ ਠੀਕ ਹੈ। ਇੱਥੇ ਆ ਗਏ ਮਾਇਆ, ਥੋੜੀਆਂ ਲੱਕੜੀਆਂ ਹੋ ਲਈ ਆ, ਠੀਕ ਹੈ ਕਿੰਨੇ ਘੰਟੇ ਕਲੀਅਰ ਹੋ ਦੇ ਕੀ ਕਰੇ ਅਭੀ ਤਰ ਆ ਦੇ ਸਲਾਈਡ ਕਰਾ, ਸਲਾਈਡ ਕਰਾ ਹਾਂ, ਉਹ ਉੱਥੋਂ ਦੀ ਮੈਂ ਤੈਨੂੰ ਸਲਾਈਡ ਕਰਾਉਣਾ, ਤੂੰ ਉੱਥੋਂ ਆਉਣਾ ਸਿੱਧਾ ਥੱਲੇ 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 ਉਹ ਥੱਲੇ, ਠੀਕ ਹੈ ਤੂੰ ਉੱਤਰ ਜਾ ਥੱਲੇ ਉੱਥੇ, ਪੂਰਾ ਫੰਕਸ਼ਨ ਕਰੇ ਕਰਦੇ ਆ ਸਾਰੇ ਬੰਦੇ, ਅੱਧੇ ਉਹ ਚੱਲ ਗਏ ਅੱਗੇ, ਬਾਕੀ ਇਹ ਹੈ ਕਿ ਹਲਕੀ ਹਲਕੀ ਬਾਰਿਸ਼ ਰੁਕ ਗਈ ਹੈ, ਬਾਕੀ ਸਾਹਮਣੇ ਦੇਖੋ
ਹਲੇ ਉਹ 10 ਕਿਲੋਮੀਟਰ ਪਿਆ ਇੱਥੋਂ ਦੀ ਅੱਗ ਬਾਲਤੀ ਆਪਾਂ ਉੱਧਰ ਹਾਂ ਇੱਦਾਂ ਹੀ ਰਹੀ ਇੱਦਾਂ ਹੀ ਬਿਲਕੁਲ ਹਿੱਲੀ ਨਾ ਫੋਟੋ ਭੇਜ ਨਹੀਂ ਕੁੜੀ ਵਾਲਿਆਂ ਨੂੰ ਟੂਰਿਸਟ ਆਏ ਨੇ ਕਾਫੀ ਇੱਧਰ ਟੀ ਬ੍ਰੇਕ ਲੈ ਲਈ ਬੰਦਿਆਂ ਨੇ ਟੀ ਬ੍ਰੇਕ ਟੀ ਬ੍ਰੇਕ ਆਹੋ ਮੈਂ ਜੀ ਤੂੰ ਖਾਏਂਗੇ ਪਹਾੜ ਥੱਲੇ ਮੌਸਮ ਕਲੀਅਰ ਹੋ ਗਿਆ ਤਾਂ ਧੁੱਪ ਨਿਕਲੀ ਹੈ ਵੱਡੀ ਘਰ ਟੈਂਟ ਲੱਗਿਆ ਟੈਂਟ ਦੇ ਅੰਦਰ ਹੀ ਖਾਣ ਪੀਣ ਦਾ ਸਮਾਨ ਮੈਂ ਜੀ ਮੁੱਗੀ ਖਾਵਾਂਗੇ ਚਾਹ ਚੂਹ ਪੀਵਾਂਗੇ ਇੱਥੇ ਸੌਣ ਦਾ ਵੀ ਹੈ ਵੈਸੇ ਅੰਦਰ ਕੀ ਬੋਲਦੇ ਖਾਣੀ ਹੈ ਸਾਰਿਆਂ ਨੇ ਅੱਠ ਮੈਗੀ ਕਰ ਦਿਓ ਅਤੇ ਅੱਠ ਹੀ ਚਾਏ ਕਰ ਦਿਓ ਅੱਠ ਮੈਗੀ ਅੱਠ ਚਾਏ ਜੇ ਕਿਆ ਦੇ ਫਿਰ ਅੱਠ ਦੇ ਹਮਕੋ ਅੱਠ ਅੱਠ ਚਾਹੀਏ ਹਮਾਰੇ ਬੰਦੇ ਅੱਠ ਹੈ ਅੱਛਾ ਦਿਆ ਬੰਦਿਆਂ ਨੂੰ ਬਾਹਰ ਕੰਪਲੀਮੈਂਟਰੀ ਹੈ ਭਈਆ ਇੱਕ ਚਾਹ 'ਚ ਨਾ ਮਿੱਠਾ ਘੱਟ ਪਾਇਓ ਠੀਕ ਹੈ ਬਿਲਕੁਲ ਹੀ ਨਾ ਬਰਾਬਰ ਅਤੇ ਬਾਕੀਆਂ 'ਚ ਭਾਵੇਂ ਤੇਜ਼ ਕਰ ਦਿਓ ਮਿੱਠਾ ਤੇਜ਼ ਵੀ ਨਾ ਸਾਰਿਆਂ ਨੇ ਇਹਨਾਂ ਨੇ ਪੁੱਛ ਲਿਆ ਮਿੱਠਾ ਤੇਜ਼ ਇੱਕ 'ਚ ਘੱਟ ਪਾਉਣਾ ਠੀਕ ਹੈ ਬਾਕੀ ਮੈਗੀ ਵੀ ਵਧੀਆ ਬਣਾਈ ਯਾਰ ਹਾਂ ਹੱਥ ਦੇਖੋ ਕਿੱਥੇ ਗਰਮ ਹੋਏਗਾ ਦੇਣਾ ਦੇ ਇੰਜਨ ਦੇ ਨਾਲ ਲਓ ਭਾਜੀ ਘੱਟ ਮਿੱਠੇ ਵਾਲੀ ਚਾਹ ਤੇ ਭਾਜੀ ਸਾਡੇ ਮਿੱਠਾ ਨਹੀਂ ਖਾਂਦੇ ਇਹ ਘੱਟ ਮਿੱਠੇ ਵਾਲੀ ਚਾਹ 20 ਰੁਪਏ ਦੀ ਚਾਹ 20 ਰੁਪਏ ਦੀ ਦਿਖਾਓ ਚਾਹ ਦਿਖਾਓ ਮਾੜੀ ਜੀ 60 ਰੁਪਏ ਦੀ ਮੈਗੀ ਠੀਕ ਹੈ ਭਾਜੀ ਇੱਕ ਪੈਕਟ ਦੋ ਪਲੇਟਾਂ 'ਚ ਪੂਰਾ ਕੀਤਾ ਉਹਨਾਂ ਨੇ ਬਿਸਕਿਟ ਨਹੀਂ ਹੈ ਬਿਸਕਿਟ ਬਿਸਕਿਟ ਹੈ ਆਕਸੀਜਨ ਲੈਵਲ ਵੀ ਘੱਟ ਹੈ ਜੱਟੇ ਦੌੜ ਲਾ ਕੇ ਇੱਕ ਵਾਰ ਜਾ ਦੌੜ ਲਾਈਏ ਦੇਖਿਆ ਸਾਹ ਨਹੀਂ ਆਉਣਾ ਜੀ ਦਿਲ ਤੇ ਨਹੀਂ ਘੱਟ ਰਿਹਾ ਜੂਸ ਮੰਗਾਵਾਂ ਇੱਥੇ ਮੰਗਾਉਣਾ ਵੀ ਇੱਥੇ ਸਾਲਾ ਦੌੜ ਲਾ ਕੇ ਥੋੜੀ ਜਿਹੀ ਆਈ ਹੈ ਉਹ
ਚੱਲੀ ਉੱਪਰ ਹੀ ਪੁੱਜਣੇ ਯਾਰ ਫਿਰ ਦੇਖਣੇ ਚੱਲ ਚੱਲ ਗਲੇਸ਼ੀਅਰ ਦੇ ਬਿਲਕੁਲ ਨਾਲ ਨਾਲ ਰਸਤਾ ਬਿਲਕੁਲ 7-8 ਫੁੱਟ ਪਰ ਜ਼ਿਆਦਾ ਹੀ ਹੋਣੀ ਹੈ ਦੇਖੋ ਰੋਡ ਰੋਡ ਦੇ ਦੋਨੋਂ ਸਾਈਡ ਬਰਫ ਹੁਣੀ ਹੁਣੀ ਸਨੋਫਾਲ ਹੋਈ ਹੈ ਇੱਥੇ ਅਭੀ ਉਹ ਸਨੋ ਫਾਲ ਇਧਰ ਰੋਡ ਦੀ ਦੋਨਾਂ ਸਾਈਡ ਸਨੋ ਆ ਤੇ ਗੱਬੇ ਰੋਡ ਆ ਇੱਥੇ ਤਾਜ਼ਾ ਤਾਜ਼ਾ ਸਨੋ ਹੋਇਆ ਹੋਈ ਸਲਿਪ ਹੋਏ ਕਰਦੇ ਹੱਥ ਬੰਦਾ ਦੇਖੋ ਕਿੱਥੇ ਛੱਡ ਗਿਆ ਛੱਡਦੇ ਛੱਡਦੇ ਫੂਡ ਆ ਰਹਿੰਦੇ ਰਹਿੰਦੇ ਬਸ ਨਜ਼ਾਰੇ 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 ਇਸ ਤੋਂ ਦੂਰ ਹੋਰ ਕੀ ਹੋਣਾ ਭਾਜੀ ਕਹਿੰਦੀ ਅਗਲੇ ਮੋੜ ਤੇ ਜਾਣਾ ਮੈਂ ਕਿਹਾ ਉਹਦਾ ਘਰ ਵਾਲੇ ਘੁੰਮਣਾ ਕਿਤੇ ਜਦੋਂ ਦੂਰ ਅਗਲਾ ਮੋੜ ਮੇਰਾ ਜਵਾਬ ਹੈ ਬੱਚੀ ਠੰਡਾ ਜਾਣਾ ਤੋਂ ਪੜੇਗਾ ਇੰਜੋਏ ਕਰ ਰਹੇ ਬੰਦੇ ਪੂਰਾ ਇੰਜੋਏ ਕਰ ਰਹੇ ਆ
ਗਰਮੀ ਐ ਲੱਗੀ ਸੀ ਕੁਛ ਨਹਾਉਣ ਦਾ ਪ੍ਰੋਗਰਾਮ ਬਣ ਜਾਂਦਾ ਨਾ ਔਰ ਉਹ ਅੱਗੇ ਇੱਕ ਵਾਟਰਫਾਲ ਆ ਹੁਣ ਸਾਡੇ ਬੰਦੇ ਕਹਿ ਰਹੇ ਸੀ ਨਹਾਉਣਾ ਜਾ ਕੇ ਅੱਛਾ ਹੈ ਵਾਟਰਫਾਲ ਹੈ ਇੱਕ ਨਹਾਉਣਾ ਇੱਥੇ ਕਿ ਨਹੀਂ ਜਾ ਕੇ ਮਾਰ ਮਾਰ ਬਰਫ ਮਾਰ ਸੁੱਟ ਬਰਫ ਵਾਂਗੇ ਮੀਂਹ ਬਰਫ ਦਾ ਡੂੰਘਾ ਨਹੀਂ ਦਿੰਦਾ ਇੱਥੇ ਦੇਖੋ ਬਰਫ ਕਿਦਾਂ ਛਦਾਈ ਹੋਈ ਹੈ ਰੁਕੇ ਰੁਕੇ ਇੱਕ ਦੋ ਵਾਰੀ ਆ ਆਇਆ ਨਾ ਫਿਰ ਸਹੀ ਬਣਨਾ ਇਹਨੇ ਠੰਡ ਬਹੁਤ ਹੈ ਸ਼ੂਜ਼ ਖਰਾਬ ਹੋਏ ਨੇ ਤੁਹਾਡੇ ਗਿੱਲੇ ਨੇ ਮਾਰ ਮਾਰ ਅਭੀ ਮਾਰ ਸੱਟ ਅਭੀ ਅਭੀ ਸਾਡੇ ਕੰਨਾ ਹੀ ਓਏ ਸਿਰ ਕਿ ਨਹੀਂ ਮਾਰਿਆ ਬਾਕੀ ਜਿੱਥੇ ਮਰਜ਼ੀ ਮਾਰੋ ਭਰਾ ਹੱਥ ਖਰਾਬ ਹੋਈ ਨੇ ਉਹ ਤੁਹਾਡੇ ਮੰਨੀ ਕਰੋ ਆਪੇ ਨਹੀਂ ਸਾਰੇ ਬੰਦੇ ਵਿੱਚੋਂ ਇੰਨੀ ਗੱਲ ਸੁਣਨੇ ਹੋ ਤੂੰ ਤਾਂ ਲੈ ਅੰਦਰ ਤੁਹਾਡੇ ਖਰਾਸੇ ਦਾ ਬੰਦਾ ਫੌਜੀ ਦੀ ਲੱਤ ਕੱਟੀ ਸੀ ਆਹ ਦੱਸ ਨਹੀਂ ਦੀ ਆਹ ਬੜੀ ਖਰਾਬ ਹੁੰਦੀ ਹੈ ਇਹ ਤਾਜੀ ਹੈ ਨਾ ਸੱਚੀ ਮਾੜੀ ਹੁੰਦੀ ਹੈ ਬਾਕੀ ਇਥੋਂ ਹੈਗਾ ਏ 1.5 ਕਿਲੋਮੀਟਰ ਹੋਰ ਅੱਗੇ ਬਸ ਉਹ ਲਾਸਟ ਹੈ ਸੱਚ ਪਾਸ ਅਗਰ ਹੋ ਸਕੇ ਰਾਤ ਨੂੰ ਉੱਥੇ ਕੈਂਪਿੰਗ ਕਰਾਂਗੇ ਸਾਰੇ ਜਣੇ ਬਲੌਕ ਚ ਆਓ ਯਾਰ ਜਾਣਾ ਚੱਲੀਏ ਵਾਪਸ ਨੀਂਦ ਲੱਗੀ ਅਭੀ ਮਾਰਨਾ ਮੈਂ ਅਭੀ ਦੇ ਇਹਨੇ ਮੇਰੇ ਮਾਰਿਆ ਸੀ ਮਾਰਿਆ ਨੇ ਗਰਮ ਸੁਭਾਅ ਦਾ ਦੁਖੀ ਬੜੀ ਜਲਦੀ ਸਾਹ ਤੇ ਗਿਆ ਤਾਂ ਨੀ ਤੇ ਬੋਲੇ ਕਹਿੰਦਾ ਤੂੰ ਅੱਗੇ ਜਾਣਾ ਹੈ ਜਾਣਾ ਅੱਗੇ ਅਭੀ ਓਏ ਅਭੀ 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 ਓਏ ਉਠਾ ਕੇ ਠੀਕ ਹੈ ਹਾਂ ਠੀਕ ਬੋਲਦਾ ਅੰਦਰ ਕਿਹੜੀ ਬਰਫ਼ ਜੰਮਣ ਲੱਗੀ ਜਾਂਦੇ ਯਾਰ ਆਕਸੀਜਨ ਲੈਵਲ ਘਟ ਗਿਆ ਹੋਏ ਇੱਕ ਬੰਦੇ ਮੰਚ ਹੋਇਆ ਹੁਣ ਮੰਚ ਇਹਦਾ ਦੌੜਨ ਨਾਲ ਅਭੀ ਭਰਾ ਸਾਡਾ ਦੌੜਨ ਨਾਲ ਜਿਹੜੀ ਬਰਫ਼ ਮਾਰੀ ਨਾ ਮੈਂ ਬਰਫ਼ ਘੱਟੋ ਘੱਟ ਜ਼ਿਆਦਾ ਨਹੀਂ ਤਾਂ 15 ਫਿਟ ਹੋਣੀ ਹੈ ਨਾ 15 ਫਿਟ ਬਰਫ਼ ਵੇਦੀ ਹੈ ਮਤਲਬ ਕਿ ਅੱਗੇ ਜਾ ਕੇ 15 ਨਹੀਂ ਹੋਣੀ ਇਹ 10-12 ਫੁੱਟ ਤਾਂ ਹੋਣੀ ਆ 15 ਹੈ ਭਾਜੀ ਉਹ ਥੱਲੇ ਉਹ ਭਾਈ ਕਹਿੰਦੇ ਕਿ ਅੱਗੇ ਜਾ ਕੇ 30 ਫੁੱਟ ਵੀ ਹੋਣੀ ਆ ਆਓ ਆਓ ਯਾਰ ਇੱਧਰ ਦੇਖੋ ਯਾਰ ਸਿੱਕੇ ਜਾ ਰਹੇ ਆ ਇੰਜਣ ਦਾ
ਆਏ ਪੂਚਰਾ ਬਗਦੀ ਇਹਨਾਂ ਦਾ ਬੂਟ ਸਕਾਣਾ ਬੂਟ ਸਕਾਣਾ ਜਰਾ ਬਸ ਕਰ ਕਰਕੇ ਬਹਿ ਗਿਆ ਤਾਂ ਵੀ ਯਾਰ ਸਾਰੇ ਵਿੱਚ ਆਇਓ ਯਾਰ ਹੋ ਯਾਰ ਕੱਲ ਵੀ ਆਇਓ ਆ ਸਾਰਿਆਂ ਨੇ ਆਓ ਬੜੀਆਂ ਚ ਲਓ ਜੀ ਸਾਰੇ ਬੰਦੇ ਸਾਡੇ ਪਹੁੰਚ ਗਏ ਆ ਸੱਚ ਪਾਸ ਚਾਹ ਪੀ ਲਈਏ ਬੜੀ ਬੜੀ ਚੇਅਰਸ ਕਰਦੇ ਤਾਂ ਹੋਈ ਜਾਂਦਾ ਕੰਮ ਖਰਾਬ ਚੇਅਰਸ ਹੀ ਕਰਦੇ ਹਰ ਇੱਕ ਚੇਅਰ 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 ਉਹ ਨੀ ਹੁੰਦਾ ਕਿੱਥੇ ਮੰਦਰ ਵੀ ਆ ਕੇ ਕਿਹਦਾ ਮੰਦਿਰ ਆ ਸ਼ਿਵ ਜੀ ਭਗਵਾਨ ਦਾ ਮੰਦਿਰ ਅੱਗੇ ਇੱਥੋਂ ਦੀ ਡੇਢ ਕਿਲੋਮੀਟਰ ਅੱਗੇ ਜਿਮਨੀ ਪਾਣੀ ਰੋਡ ਬਰਫ ਚਲੋ ਅੱਗੇ ਅੱਗੇ ਚਲੋ ਸਨੋਫਾਲ ਹੋ ਰਹੀ ਹੈ ਜੀ ਪੂਰੀ ਬਰਫ ਹੀ ਬਰਫ ਆਸੇ ਪਾਸੇ ਅਤੇ ਵੀਰੋ ਸਨੋਫਾਲ ਹੋ ਰਹੀ ਹੈ ਸਨੋਫਾਲ ਸਨੋਫਾਲ ਇੰਜੋਏ ਕਰ ਰਹੇ ਬੰਦੇ ਸਾਰੇ ਓਏ ਹੋਏ ਸਾਰੇ ਬੰਦੇ ਸੁਣੋ ਫਾਲ ਗਿਆ ਅਰੇ ਮੈਂ ਜ਼ਿੰਦਗੀ 'ਚ ਕਦੀ ਐਨਕ ਪਾ ਕੇ ਨਹੀਂ ਦੇਖੀ ਅੱਜ ਮੈਂ ਤੈਨੂੰ ਐਨਕ ਪਾ ਲੈ ਕੇ ਪਾ ਕੇ ਦੇਖੀ ਇਹਦੀ ਜੈਕਟ ਪਰ ਲੁਪਣੀ ਸੁਣੋ ਫਾਲ ਇਹਦੀ ਜੈਕਟ ਪਰ ਬਲੈਕ ਆ ਨਾ ਤੇਰੀ ਇਧਰੋਂ ਇਹਦੀ ਹੈ ਹਾਂ ਹਾਂ ਮੈਂ ਵੀ ਲਓ ਜੀ ਆਪਾਂ ਚੱਲੇ ਹਾਂ ਵਾਪਿਸ ਉੱਪਰ ਬਰਫਬਾਰੀ ਜ਼ਿਆਦਾ ਹੋਣ ਲੱਗੀ ਹੈ ਅਤੇ ਮੌਸਮ ਖਰਾਬ ਹੋ ਗਿਆ ਅਤੇ ਆਪਾਂ ਆ ਗਏ ਹਾਂ ਸਾਰੇ ਜਣੇ ਵਾਪਿਸ ਬੰਦੇ ਸਾਡੇ ਨਾਲ ਜੁੜ ਗਿਆ ਪੰਜਾਬ ਦੇ ਤਿੰਨ ਚਾਰ ਵਾਈ ਕਰ ਰਹੇ ਆ ਸਾਰਿਆਂ ਹੱਥ ਪੈਰ ਬਿਲਕੁਲ ਸੁੰਨ ਹੈ ਇੱਧਰ ਫੋਗ ਹੀ ਫੋਗ ਹੋ ਗਈ ਹੈ ਇਕੱਠੀ
ਦੇਖੋ ਜ਼ੀਰੋ ਵਿਜ਼ੀਬਿਲਟੀ ਰਾਸਤਾ ਸੈਵਨ ਤੇ ਆਇਆ ਬਟ ਠੰਡ ਬਹੁਤ ਹੈ ਠੰਡ ਇੰਨੀ ਕਰਕੇ ਬਰਦਾਸ਼ਤ ਤੋਂ ਬਾਹਰ ਇਹ ਗੱਡੀ ਹੀ ਨਾ ਯਾਰ ਇਹ ਤਾਂ ਕੰਮ ਕਰ ਰਿਹਾ ਮੇਰਾ ਲੱਭ ਨਹੀਂ ਰਿਹਾ।